ਵਿੱਚ ਮੂਵੀ ਚੱਲ ਰਹੀ ਸੀ ਨਾ, ਕੋਈ ਵੀਡੀਓ ਬਣਾ ਰਿਹਾ ਨਾ, ਕੋਈ ਸਟੋਰੀ ਪਾਉਣ ਲੱਗ ਗਿਆ ਜਾਂ ਸਾਰੀ ਮੂਵੀ ਸ਼ੂਟ ਕਰਨ ਲੱਗ ਗਿਆ ਕੋਈ ਚੋਰੀ ਚੋਰੀ, ਤਾਂ ਉੱਥੇ ਮੈਂ ਤਾਂ ਗਾਲ ਕੱਢਣ ਲੱਗਿਆ ਸੀ। ਮੈਂ ਅੱਜ ਮੈਨੂੰ ਯਾਦ ਆ ਜਾਂਦਾ ਕਿ ਹਾਂ ਯਾਰ ਵੀ ਕਲਾਕਾਰ ਹਾਂ ਹੁਣ ਮੈਂ। ਮੈਨੂੰ ਨਾ ਇੱਕ ਤੁਸੀਂ ਇੱਕ, ਮੈਨੂੰ ਲੱਗਦਾ ਸ਼ੈਰੀ ਬਾਈ ਕਾਕੇ ਅਤੇ ਸ਼ੈਰੀ ਮਾਨ ਦੀ ਜਿਹੜੀ ਦੋਸਤੀ ਹੈ ਨਾ, ਜਿਹੜੀ ਨੋਕ ਜੋਗਾ ਕਮੈਂਟਾਂ 'ਚ ਬਹੁਤ ਘੈਂਟ ਲੱਗਦੀ ਆ ਬਾਈ। ਪੈਗ ਲਾਉਣ 'ਚ ਮਸ਼ਹੂਰ ਆ ਥੋੜ੍ਹਾ ਜਿਹਾ, ਤਾਂ ਮੈਂ ਕਿਹਾ ਜੀ ਵੀਰੇ ਆਪਾਂ ਪੈਗ ਲਾਉਂਦੇ ਹਾਂ ਤਾਂ ਸਾਡਾ ਹਜੇ ਸੰਯੋਗ ਜੇ ਨਹੀਂ ਬਣ ਸਕਿਆ ਕਦੇ ਇਕੱਠੇ ਹੋਣ ਦਾ। ਬਾਈ ਨੀਰੂ ਬਾਜਵਾ ਨਾਮ ਨਾਲ ਸਾਰੇ ਕੰਮ ਕਰਨਾ ਬਹੁਤ ਪਸੰਦ ਕਰਦੇ, ਸ਼ੁਰੂ ਤੋਂ ਲੈ ਕੇ ਹੁਣ ਤੱਕ। ਕਿੰਨਿਆਂ ਦੀ ਦਿਲ ਦੀ ਖੁਆਇਸ਼ ਹੁੰਦੀ ਆ, ਕਾਕੇ ਦੀ ਦਿਲ ਦੀ ਖੁਆਇਸ਼ ਹੈਗੀ ਆ ਨੀਰੂ ਬਾਜਵਾ ਜਾਂ ਹੋਰ ਕਿਸੇ ਇੱਕ ਆਰਟਿਸਟ ਨਾਲ? ਨੀਰੂ ਜੀ ਬਹੁਤ ਸੋਹਣੇ ਨੇ ਪਰ ਮੈਨੂੰ ਐਵੇਂ ਲੱਗਦਾ, ਮੈਂ ਕਈ ਵਾਰ ਟਰਾਈ ਨਹੀਂ ਕਰਦਾ ਹੁੰਦਾ, ਮੈਨੂੰ ਲੱਗਦਾ ਉਹ ਮਹਿੰਗੇ ਹੋਣਗੇ। ਤਾਂ ਪਹਿਲਾਂ ਤਾਂ ਮੈਂ ਗਾਣਾ ਕਰਨਾ ਚਾਹੂੰਗਾ ਜੇ ਹੋ ਸਕਿਆ, ਅਦਰਵਾਈਜ਼ ਜੇ ਬਹੁਤ ਮਹਿੰਗੇ ਹੋਏ ਫਿਰ ਮੈਂ ਨਹੀਂ ਕਰ ਸਕਦਾ। ਕਰਨਾ ਕਿ ਬਿੱਲੋ ਨੇ ਸਵਾਹ ਕਰੂਗੀ ਬਈ, ਬਿੱਲੋ ਬੱਗੇ ਬਿੱਲਿਆਂ ਦਾ ਵਿਆਹ ਕਰੂਗੀ ਬਈ। ਕਾਕਾ ਕੀ ਹਾਲ ਚਾਲ? ਠੀਕ ਆ ਜੀ, ਤੁਸੀਂ ਸੁਣਾਓ? ਉਹ ਵਧੀਆ, ਤੁਸੀਂ ਸੁਣਾਓ? ਮੈਂ ਹਮੇਸ਼ਾ ਠੀਕ ਹੁੰਦਾ। ਗ੍ਰੇਟ, ਗੋਰਿਆਂ ਨੂੰ ਲੱਗਦੀ ਜ਼ਮੀਨ ਜੱਟੀ। ਪਹਿਲਾਂ ਤਾਂ ਜਿਹੜੀ ਆਪਾਂ ਅਰਮਾਨ ਨੂੰ ਹੁਣੇ ਗੱਲ ਕਹਿ ਕੇ ਹਟਿਆ ਨਾ, ਚੰਗੇ ਤਰੀਕੇ ਨਾਲ ਬੇਇੱਜ਼ਤੀ ਕਰ ਦੋ ਮਾੜਾ ਜਿਹਾ। ਨਹੀਂ ਬੇਇੱਜ਼ਤੀ, ਅਸਲ 'ਚ ਦੇਖੋ ਯਾਰ ਦੋਸਤ ਆ ਮੇਰਾ, ਮੈਨੂੰ ਵਧੀਆ ਦੋਸਤ ਆ, ਤਾਂ ਕਰਕੇ ਉਹਦੇ ਮੂੰਹ 'ਤੇ ਜਦੋਂ ਮੈਂ ਉਹਨੂੰ ਮਿਲਣਾ ਹੁੰਦਾ ਫਿਰ ਤਾਂ ਯਾਰ ਦੋਸਤਾਂ ਦੀ ਤਾਰੀਫ ਨਹੀਂ ਕਰਨੀ ਚਾਹੀਦੀ ਅਤੇ ਕਰ ਵੀ ਨਹੀਂ ਹੁੰਦੀ, ਹੈ ਨਾ। ਅਤੇ ਮੈਨੂੰ, ਮੈਂ ਕੱਲ੍ਹ ਪਰਸੋਂ ਦਾ ਸੋਇਆ ਨਹੀਂ ਹੋਇਆ ਤਾਂ ਮੈਨੂੰ ਇਹ ਲੱਗਿਆ ਵੀ ਯਾਰ ਇਹ ਤੂੰ ਐਕਟਿੰਗ ਊਟਿੰਗ ਕਿੱਥੇ ਹੋਣੀ ਆ, ਤਾਂ ਮੈਨੂੰ ਨੀਂਦ ਆ ਜੂਗੀ, ਮੈਂ ਕਾਫੀ ਕੂਫੀ ਪੀਣੀ ਪਊਗੀ ਮੈਨੂੰ। ਅਤੇ ਮੈਨੂੰ ਸੱਚੀ ਨਹੀਂ ਸੀ ਉਮੀਦ ਤੋਂ ਕਿ ਮੈਂ ਇਹਨੂੰ ਕਿਹਾ ਵੀ ਮਾਂ ਯਾਰ ਤੂੰ ਠੀਕ ਕਰ ਗਿਆ, ਘੈਂਟ ਘੈਂਟ ਕਰ ਲਾ ਤੂੰ, ਅਤੇ ਘੈਂਟ ਹੈ ਮੂਵੀ, ਘੈਂਟ ਹੈ ਕਹਾਣੀ ਵੀ ਵਧੀਆ। ਮੈਂ ਹੁਣ ਜਿਵੇਂ ਪਹਿਲਾਂ ਮੈਂ ਮੂਵੀ ਦੇਖਣ ਜਾਂਦਾ ਤਾ, ਮੈਂ ਸੋਚਦਾ ਨਹੀਂ ਸੀ ਕਿ ਕੀ ਬੋਲਾਂ ਜਾਂ ਕੀ ਨਹੀਂ ਬੋਲਾਂ। ਹੁਣ ਕਿਉਂਕਿ ਮੈਂ ਕਲਾਕਾਰ ਬਣ ਗਿਆ, ਛੋਟਾ ਜਿਹਾ ਸਟਾਰ ਵੀ ਹੋ ਗਿਆ, ਤਾਂ ਹੁਣ ਮੈਨੂੰ ਪਤਾ ਹੁੰਦਾ ਕਿ ਬਾਹਰ ਕਿਸੇ ਨਾ ਕਿਸੇ ਨੇ ਪੁੱਛਣਾ, ਤਾਂ ਮੈਂ ਕਮੀਆਂ ਨੋਟਿਸ ਕਰ ਰਿਹਾ ਤਾਂ ਵੀ ਕੀ ਕਮੀ ਕਹੂੰਗਾ, ਵੀ ਕੋਈ ਤਾਂ ਕਮੀ ਦੱਸਣੀ ਪੈਣੀ ਹੈ, ਕਿਉਂਕਿ ਨਹੀਂ ਤਾਂ ਲੋਕ ਕਹਿਣਗੇ ਸਾਲਾ ਆਪਣੇ ਦੋਸਤ ਦੀ ਤਾਰੀਫ ਕਰੀ ਜਾਂਦਾ, ਹੈ ਨਾ। ਮੈਨੂੰ ਐਗਜੈਕਟਲੀ ਨਹੀਂ ਕਮੀ ਮਿਲੀ ਨਹੀਂ ਕੋਈ ਬਾਈ। ਮੈਨੂੰ ਐਵੇਂ ਲੱਗਦਾ ਕਿ ਚਲੋ ਅਰਮਾਨ ਨੂੰ ਤਾਂ ਚਲੋ ਕਹਿੰਦੇ ਨੇ ਕਿ ਜਿਵੇਂ ਜੇ ਬੰਦਾ ਕੰਮ ਕਰਦਾ ਜਾਂਦਾ, ਬੰਦਾ ਨਾ ਕਿਤੇ ਨਾ ਕਿਤੇ ਬੰਦੇ 'ਚ ਥੋੜ੍ਹਾ ਜਿਹਾ ਤਜਰਬਾ ਹੁੰਦਾ ਜਾਂਦਾ, ਬੰਦੇ 'ਚ ਥੋੜ੍ਹਾ ਸੁਧਾਰ ਹੁੰਦਾ ਜਾਂਦਾ, ਤਾਂ ਅਰਮਾਨ ਦੀ ਐਕਟਿੰਗ ਸੱਚੀ ਬੜੀ ਘੈਂਟ ਲੱਗੀ। ਪਰ ਜੇ ਕਾਕੇ ਦੀ ਗੱਲ ਕਰੀਏ, ਕਾਕੇ ਦੇ ਪਹਿਲਾਂ ਤਾਂ ਗਾਣੇ ਬੜੇ ਘੈਂਟ ਨੇ, ਦੂਜੀ ਗੱਲ ਕਾਕੇ ਦੀ ਹਰਕਤਾਂ ਬੜੀ ਘੈਂਟ ਨੇ ਬਾਈ। ਰੀਅਲ ਹੋਣਾ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਹੈ ਕਾਕੇ? ਵੀ ਮੈਨੂੰ ਲੱਗਦਾ ਜਿੰਨੇ ਰੀਅਲ ਤੁਸੀਂ ਹੋ ਬੜੇ ਘੱਟ ਲੋਕ ਹੁੰਦੇ ਆ ਵੀ ਜਿਹੜੇ ਸਾਹਮਣੇ ਹੀ ਉੱਦਾਂ ਦੇ ਹੁੰਦੇ ਜਿਹੜੇ ਦਿਲ 'ਚ, ਹੈ ਨਾ। ਨਹੀਂ, ਅਸਲ 'ਚ ਰੀਅਲ ਹੋਣਾ ਈਜ਼ੀ ਹੈ, ਹੁਣ ਜੇ ਤੁਸੀਂ ਪਟੈਂਡ ਕਰਨਾ ਜੋ ਤੁਹਾਡੇ ਅੰਦਰ ਨਹੀਂ ਹੈਗਾ ਉਹਦੇ ਲਈ ਜ਼ੋਰ ਲਾ ਦਿਉ ਨਾ। ਹੁਣ ਮੈਨੂੰ ਤੁਸੀਂ ਪੁੱਛ ਕੇ ਦੇਖੋ, ਜੇ ਮੈਂ ਕੁਛ ਹੋਰ ਕਰਨਾ ਹੋਵੇ ਜੋ ਮੈਂ ਨਹੀਂ ਸੋਚ ਰਿਹਾ, ਮੈਂ ਉਹ ਬੋਲਣਾ ਹੋਵੇ ਜੋ ਜਿਹਦੇ ਨਾਲ ਮੈਂ ਅਗਰੀ ਨਹੀਂ ਹੈਗਾ, ਹੈ ਨਾ, ਤਾਂ ਮੇਰੇ ਫੇਸ ਤੋਂ ਪਤਾ ਲੱਗ ਜਾਂਦਾ ਵੀ ਇਹ ਸਾਲਾ ਬੋਲ ਕੁਛ ਹੋਰ ਰਿਹਾ ਪਰ ਸੋਚਦਾ ਕੁਛ ਹੋਰ ਆ। ਤਾਂ ਮੈਨੂੰ ਲੱਗਦਾ ਵੀ ਰੀਅਲ ਰਹਿਣਾ ਈਜ਼ੀ ਹੈ। ਮੈਨੂੰ ਨਾ ਇੱਕ ਤੁਸੀਂ ਇੱਕ, ਮੈਨੂੰ ਲੱਗਦਾ ਸ਼ੈਰੀ ਬਾਈ ਕਾਕੇ ਅਤੇ ਸ਼ੈਰੀ ਮਾਨ ਦੀ ਜਿਹੜੀ ਦੋਸਤੀ ਹੈ ਨਾ, ਜਿਹੜੀ ਨੋਕ ਜੋਗਾ ਕਮੈਂਟਾਂ 'ਚ ਬਹੁਤ ਘੈਂਟ ਲੱਗਦੀ ਆ ਬਾਈ। ਮੈਂ ਇਹ ਜਿਹੜਾ ਜਾਰੀ ਵਾਲਾ ਬੌਂਡ ਆ ਇਹ ਮੈਂ ਜਾਣਨਾ ਚਾਹੁੰਦਾ ਕਿ ਕਾਕੇ ਅਤੇ ਸ਼ੈਰੀ ਮਾਨ ਦੀ ਦੋਸਤੀ ਕਿਵੇਂ ਦੀ ਆ? ਸਾਡੀ ਉਵੇਂ ਹਜੇ ਕਦੇ ਮੁਲਾਕਾਤ ਨਹੀਂ ਹੋ ਸਕੀ, ਸਾਡੀਆਂ ਗੱਲਾਂ ਔਨਲਾਈਨ ਹੀ ਹੋਈਆਂ ਨੇ, ਅਤੇ ਵੀਰੇ ਨੇ ਹੱਲਾਸ਼ੇਰੀ ਦਿੱਤੀ ਜਦੋਂ ਮੇਰੇ ਗਾਣੇ ਆਏ ਸੀ ਉਹਦਾ, ਅਤੇ ਉਹ ਤੋਂ ਬਾਅਦ ਸਾਡੀ ਇਹ ਵੀ ਗੱਲ ਹੋਈ ਇੱਕ ਅੱਧੀ ਵਾਰ, ਕਿਉਂਕਿ ਹੁਣ ਬਾਈ ਪੈਗ ਲਾਉਣ 'ਚ ਮਸ਼ਹੂਰ ਆ ਥੋੜ੍ਹਾ ਜਿਹਾ, ਤਾਂ ਮੈਂ ਕਿਹਾ ਵੀ ਵੀਰੇ ਆਪਾਂ ਪੈਗ ਲਾਉਂਦੇ ਹਾਂ ਤਾਂ ਸਾਡਾ ਹਜੇ ਸੰਯੋਗ ਜੇ ਨਹੀਂ ਬਣ ਸਕਿਆ ਕਦੇ ਇਕੱਠੇ ਹੋਣ ਦਾ। ਐਵੇਂ ਮੈਨੂੰ ਲੱਗਦਾ ਮੈਂ ਇੱਕ ਗੈਰੀ ਵੀਰਾ ਇੱਕ ਸ਼ੈਰੀ, ਅਸੀਂ ਥੋੜ੍ਹਾ ਜਿਹਾ ਇੱਕ ਪਾਸੇ ਨੂੰ ਹੋ ਗਏ ਬਈ। ਕਾਕੇ ਜਦੋਂ ਤੁਸੀਂ ਵਿਹਲੇ ਹੁੰਦੇ ਹੋ, ਜਦੋਂ ਤੁਸੀਂ ਫ੍ਰੀ ਹੁੰਦੇ ਹੋ ਬਈ, ਪੁੱਠੇ ਖਿਆਲ ਦਿਮਾਗ 'ਚ ਆਉਂਦੇ ਆ ਜਾਂ ਮੈਨੂੰ ਐਂ ਲੱਗਦਾ ਜਿੱਦਾਂ ਦੀਆਂ ਕਾਕਾ ਗਾਲਾਂ ਗਾਲਾਂ ਸਪੈਸ਼ਲੀ ਸ਼ਰੇਆਮ ਕੱਢ ਦਿੰਦੇ ਹੋ, ਇਹ ਜਿਹੜਾ ਪਿਆਰ ਮੁਹੱਬਤ ਬੇਸਿਕਲੀ ਤੁਸੀਂ ਆਪਣੀ ਆਡੀਅੰਸ ਨਾਲ ਅਟਰੈਕਟ ਹੁੰਦੇ ਹੋ? ਇੱਥੋਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਜਿਵੇਂ ਹੁਣ ਵਿੱਚ ਮੂਵੀ ਚੱਲ ਰਹੀ ਸੀ ਨਾ, ਅਤੇ ਉਹ ਵਿੱਚੋਂ ਉਹਨਾਂ ਨੇ ਮੂਵੀ ਪਾਊਜ਼ ਕਰਤੀ, ਮੂਵੀ ਇੰਟਰਸਟਿੰਗ ਸੀ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ, ਮੈਨੂੰ ਲੱਗਿਆ ਕਿ ਸ਼ਾਇਦ ਇੰਟਰਵਲ ਹੋਇਆ, ਪਰ ਉਹ ਇੰਟਰਵਲ ਤੋਂ ਬਹੁਤ ਅੱਗੇ ਜਾ ਕੇ ਉਹਨਾਂ ਨੇ ਪਾਊਜ਼ ਕਰਨੀ ਪੈਗੀ, ਕਿਉਂਕਿ ਵਿੱਚ ਕੋਈ ਵੀਡੀਓ ਬਣਾ ਰਿਹਾ ਹੈ ਨਾ, ਕੋਈ ਸਟੋਰੀ ਪਾਉਣ ਲੱਗ ਗਿਆ ਜਾਂ ਸਾਰੀ ਮੂਵੀ ਸ਼ੂਟ ਕਰਨ ਲੱਗ ਗਿਆ ਕੋਈ ਚੋਰੀ ਚੋਰੀ, ਤਾਂ ਉੱਥੇ ਮੈਂ ਤਾਂ ਗਾਲ ਕੱਢਣ ਲੱਗਿਆ ਸੀ। ਮੈਂ ਅੱਜ ਮੈਨੂੰ ਯਾਦ ਆ ਜਾਂਦਾ ਕਿ ਹਾਂ ਯਾਰ ਵੀ ਕਲਾਕਾਰ ਹਾਂ ਹੁਣ ਮੈਂ, ਤਾਂ ਮੈਨੂੰ ਯਾਦ ਰੱਖਣਾ ਪੈਂਦਾ ਥੋੜ੍ਹਾ ਜਿਹਾ ਉਹ ਚੀਜ਼। ਕਾਕੇ ਨੂੰ ਫਿਲਮਾਂ 'ਚ ਕਿੰਨਾ ਕੁ, ਕਦੋਂ ਆਪਾਂ ਦੇਖਾਂਗੇ ਬਈ? ਨੀਰੂ ਬਾਜਵਾ ਨਾਮ ਨਾਲ ਸਾਰੇ ਕੰਮ ਕਰਨਾ ਬਹੁਤ ਪਸੰਦ ਕਰਦੇ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨਿਆਂ ਦੀ ਦਿਲ ਦੀ ਖੁਆਇਸ਼ ਹੁੰਦੀ ਆ? ਕਾਕੇ ਦੀ ਦਿਲ ਦੀ ਖੁਆਇਸ਼ ਹੈਗੀ ਆ ਨੀਰੂ ਬਾਜਵਾ ਜਾਂ ਹੋਰ ਕਿਸੇ ਇੱਕ ਆਰਟਿਸਟ ਨਾਲ? ਮੈਨੂੰ ਐਂ ਲੱਗਦਾ ਕਿ ਤੁਹਾਡੀ ਦਿਲ ਦੀ ਭਾਵਨਾ ਕੱਢੋ ਬਾਈ। ਨੀਰੂ ਜੀ ਬਹੁਤ ਸੋਹਣੇ ਨੇ ਪਰ ਮੈਨੂੰ ਐਵੇਂ ਲੱਗਦਾ, ਮੈਂ ਕਈ ਵਾਰ ਟਰਾਈ ਨਹੀਂ ਕਰਦਾ ਹੁੰਦਾ, ਮੈਨੂੰ ਲੱਗਦਾ ਉਹ ਮਹਿੰਗੇ ਹੋਣਗੇ, ਤਾਂ ਪਹਿਲਾਂ ਤਾਂ ਮੈਂ ਗਾਣਾ ਕਰਨਾ ਚਾਹੂੰਗਾ ਜੇ ਹੋ ਸਕਿਆ, ਅਦਰਵਾਈਜ਼ ਜੇ ਬਹੁਤ ਮਹਿੰਗੇ ਹੋਏ ਫਿਰ ਮੈਂ ਨਹੀਂ ਕਰ ਸਕਦਾ। ਨਹੀਂ ਬਾਈ ਮੈਂ ਸਮਝ ਗਿਆ, ਕਾਕੇ ਦੀ ਆਪਣੀ ਪਸੰਦੀਦਾ ਹੀਰੋਇਨ ਕਿਹੜੀ ਆ? ਪੰਜਾਬ ਦੇ ਵਾਲਾ ਭਾਵੇਂ ਬਾਹਰੋਂ ਲਾ ਲਓ, ਜਿਹਦੇ ਨਾਲ ਬਈ ਕਾਕਾ ਕਹਿੰਦਾ ਯਾਰ ਇਹ ਕਾਸ਼ ਮੇਰੀ ਜ਼ਿੰਦਗੀ 'ਚ ਇਹਨੂੰ ਇਹ ਦੋਸਤ ਬਣ ਜਾਵੇ ਮੇਰੀ, ਜਾਂ ਕੁਛ ਦਿਲ 'ਚ ਲੈ ਕੇ ਪਿਆਰ ਹੁੰਦਾ ਨਾ ਇੱਕ ਤਰੀਕੇ ਦਾ, ਪੋਜ਼ੀਟਿਵ ਵੇ 'ਚ ਭਾਵੇਂ ਉਹ ਰਿਸਪੈਕਟ ਕਹਿ ਲਓ ਕੁਛ ਵੀ, ਨਹੀਂ ਐਵੇਂ ਕੋਈ ਨਹੀਂ।